ਨੂੰ ਜੈਮ ਸੀ ਕਿ ਮੇਰਾ ਨਾਮ ਪੂਜਾ ਹੈ ਮੈਂ ਨਿਊ ਦਿਓਲ ਨਗਰ ਦੀ ਰਹਿਣ ਵਾਲੀ ਆਂ ਔਰ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਸੇ ਬਹੁਤ ਵੱਡੀ ਗਵਾਹੀ ਬਣਾਈ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਕਿੱਦਾਂ ਉਹ ਗਵਾਹੀ ਦਵਾ ਪਰ ਮੈਂ ਪਰਮੇਸ਼ਵਰ ਨੇ ਮੈਨੂੰ ਮੇਨੂੰ ਮਕਾਨ ਦੇ ਨਾਲ ਬles ਕੀਤਾ ਮੈਂ ਪਰਮੇਸ਼ਵਰ ਦੇ ਲੱਖਾਂ ਕਰੋੜਾਂ ਰੁਪਏ ਬਾਰ ਵੀ ਧੰਨਵਾਦ ਕਰਾਂ ਤਾਂ ਵੀ ਥੋੜੀ ਆ ਕਿਉਂਕਿ ਮੈਂ ਜ਼ਿੰਦਗੀ ਚ ਕਦੀ ਸੋਚਿਆ ਨਹੀਂ ਸੀ ਜੇ ਮੈਨੂੰ ਵੀ ਕਦੀ ਘਰ ਮਿਲੂਗਾ ਮੈਂ ਵੀ ਕਦੀ ਆਪਣੇ ਮਕਾਨ ਚ ਬੈਠੂਗੀ ਮੈਂ ਜੰਮੂ ਦੇ ਰਹਿਣ ਵਾਲੀ ਐ ਮੈਂ ਮੁਸਲਿਮ ਫੈਮਿਲੀ ਸੇ ਬਿਲੋਂਗ ਕਰਦੀ ਐ ਮੈਂ ਵਿਆਹ ਕੇ ਪੰਜਾਬ ਚ ਜਲੰਧਰ ਚ ਆਈ ਐ ਉਹ ਤੋਂ ਬਾਅਦ ਮੈਂ ਰੈਂਟ ਤੇ ਰਹਿੰਦੀ ਸੀਗੀ ਕਾਰ ਚ ਦੋ ਕਮਰੇ ਸੀਗੇ ਦੋ ਹੀ ਕੁਆਟਰ ਸੀ ਕਮਰੇ ਵੀ ਕਹਾਦਾ ਦੋ ਕੁਆਟਰ ਸੀ ਉਹਦੇ ਵਿੱਚ ਨਾ ਕੋਈ ਲੈਟਰਿੰਗ ਸੀ ਨਾ ਕੋਈ ਬਾਥਰੂਮ ਸੀ ਕਦੇ ਗਵਾਂਡੀਆਂ ਦੇ ਕਦੇ ਕਿਸੇ ਦੇ ਕਦੇ ਕਿਸੇ ਦੇ ਕਦੇ ਕਿਸੇ ਦੇ ਕਦੇ ਕਿਸੇ ਦੇ ਮੈਂ ਜਾਣੀ ਹੁੰਨੀ ਦੇ ਕਿਸੇ ਟਾਈਮ ਉਹ ਕਹਿੰਦੇ ਵੀ ਹੁੰਦੇ ਸੀ ਜੇ ਨਹੀਂ ਆ ਜਾ ਉੱਠਣਾ ਨਹੀਂ ਹੈਗਾ ਤੁਸੀਂ ਜਾਓ ਇਹਦਾ ਬੋਲ ਦਿੰਦੇ ਸੀਗੇ ਜਿੱਦਾਂ ਬਹੁਤ ਬੋਲਦੇ ਸੀ ਕਿਸੇ ਟਾਈਮ ਉੱਠ ਜਾਂਦੇ ਕਿਸੇ ਟਾਈਮ ਨਹੀਂ ਉੱਠ ਜਾਂਦੇ ਸੀ ਕਿਸੇ ਟਾਈਮ ਅਸੀਂ ਉੱਪਰ ਨੇ ਬੈਹ ਜਾਂਦੇ ਸੀਗੇ ਬਾਹਰ ਜਾਂ ਤੇ ਅੰਦਰ ਬਹਿ ਕੇ ਬਾਥਰੂਮ ਕਰਕੇ ਅਸੀਂ ਪਾਣੀ ਢੋਲ ਦਿੰਦੇ ਸੀਗੇ ਹਸਬੈਂਡ ਦਾ ਡੈਥ ਹੋ ਗਈ ਸੀ ਉਹ ਫੈਕਟਰੀ 'ਚ ਕੰਮ ਕਰਦਾ ਸੀਗਾ ਸ਼ੂਰਾਂ ਦਾ ਫੈਕਟਰੀ ਕੰਮ ਕਰਦਾ ਸੀਗਾ ਉਹ ਫੈਕਟਰੀ ਸਲਾਈ ਰਿੰਚ ਪਾਈਪ ਰਿੰਚ ਬਣਉਂਦਾ ਉਹਦੇ ਪੱਠੀ 'ਚ ਅੱਗ ਲੱਗ ਗਈ ਸੀਗੇ ਉਹਦੇ ਕਰਕੇ ਉਹਦੇ ਡੈਥ ਹੋ ਗਈ ਸੀ ਜਦੋਂ ਮੇਰਾ ਹਸਬੰਦ ਜਦੋਂ ਪੂਰਾ ਹੋ ਗਿਆ ਸੀਗਾ ਫਿਰ ਮੇਰੇ 'ਸੇ ਸਾਰਾ ਪਹਾੜ ਮੇਰੇ ਉੱਤੇ ਡਿੱਗ ਗਿਆ ਫਿਰ ਮੇਰੇ ਦੋ ਬੇਟੀਆਂ ਸੀਗੀਆਂ ਫਿਰ ਮੈਂ ਮੈਂ ਬਹੁਤ ਡਿਪਰੈਸ਼ਨ ਤੇ ਚਲੀ ਗਈ ਸੀ ਦੋ ਬੱਚੇ ਸੀਗੇ ਤੇ ਮੇਰਾ ਮਤਲਬ ਦਿਮਾਗ ਕੰਮ ਨਹੀਂ ਕਰਦਾ ਸੀਗਾ ਨਾ ਮੇਰੇ ਮਾਂ-ਬਾਪ ਸੀ ਨਾ ਮੇਰੇ ਭੈਣ ਭਰਾ ਸੀ ਨਾ ਮੇਰੇ ਚਾਚੇ ਤਾਇਆ ਸੀ ਮੇਰੇ ਕਿਸੇ ਦੇ ਸਪੋਰਟ ਨਹੀਂ ਸੀ ਮਤਲਬ ਸਾਰਾ ਡਿਪਰੈਸ਼ਨ ਮੇਰੇ ਸਿਰ ਤੇ ਪੈ ਗਿਆ ਜੇ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਕਿੱਦਾਂ ਮੈਂ ਬੱਚੇ ਪਾਲਨੀ ਆ ਕਿੱਦਾਂ ਮੈਂ ਰਹਿਣਾ ਕਿੱਦਾਂ ਦੁਨੀਆ ਦੇ ਵਿੱਚ ਰਹਿਣਾ ਲੋਕੀ ਤੇ ਅੱਗੇ ਨਹੀਂ ਜੀਣ ਦਿੰਦੇ ਮੈਨੂੰ ਤੇ ਮਤਲਬ ਬਹੁ ਡਿਪਰੈਸ਼ਨ ਤੇ ਚਲੀ ਗਈ ਸੀਗੀ ਮੇਰੇ ਮੰਮੀ ਡੈਡੀ ਕਹਿੰਦੇ ਸੀਗੇ ਜੇ ਤੂੰ ਦੂਜਾ ਵਿਆਹ ਕਰਾਏਗੀ ਤੇ ਫੇਰ ਠੀਕ ਹੈਗਾ ਤੇਰਾ ਉਮਰ ਕੀ ਹੈਗਾ ਇੰਨੀ ਤੇਰੇ ਛੋਟੇ ਛੋਟੇ ਉਮਰਾਂ ਛੋਟੇ ਉਮਰ 'ਚ ਬੱਚੇ ਹੋ ਗਏ ਆ ਮੈਂ ਕਿਹਾ ਤੁਸੀਂ ਉਹ ਨਾ ਟੈਨਸ਼ਨ ਲੋ ਤੁਸੀਂ ਮੈਨੂੰ ਬੁਲਾਉਣਾ ਨਹੀਂ ਬੁਲਾਉਣਾ ਉਹ ਤੁਹਾਡੀ ਗੱਲ ਆ ਮੈਂ ਰਹਿ ਲੂੰਗੀ ਮੈਂ ਬਿਆਨ ਨਹੀਂ ਕਰਉਣਾ ਮੈਂ ਆਪਣੇ ਇਹ ਦੋ ਕੁੜੀਆਂ ਮੇਰੀਆਂ ਹੈਗੀਆਂ ਇਹਨਾਂ ਨੂੰ ਪਾਲੂੰਗੀ ਪੋਸੂੰਗੀ ਵੱਡੇ ਕਰੂੰਗੀ ਬੱਚੇ ਫਿਰ ਉਹ ਤੋਂ ਬਾਅਦ ਮੈਂ ਪਾਲੀ ਕੋਠੀ ਕੋਠੀ 'ਚ ਮੈਂ ਕੰਮ ਕਰਦੀ ਸੀਗੀ ਜਿੱਥੇ ਮੈਂ ਰਹਿੰਦੀ ਸੀਗੀ ਦੋ ਤਿੰਨ ਕੋਠੀ ਸੀਗੀ ਉੱਥੇ ਕੋਠੀ ਵਾਲਾ ਬੜੇ ਚੰਗੇ ਸੀਗੇ ਕਹਿੰਦੇ ਸੀਗੇ ਉਹਦਾ ਮੈਂ ਜ ਆਪਣੇ ਬੱਚੇ ਨੂੰ ਵੀ ਰੋਟੀ ਲੈ ਜਾ ਤੂੰ ਵੀ ਰੋਟੀ ਇੱਥੇ ਤੂੰ ਰੋਟੀ ਖਾਲਾ ਆਪਣੇ ਬੱਚੇ ਨੂੰ ਬੰਨ ਲ ਮੈਂ ਕਹੇ ਦੀਦੀ ਮੈਂ ਖਾਣਾ ਨਹੀਂ ਹੈਗਾ ਤੁਸੀਂ ਮੈਨੂੰ ਦੇ ਦਿਓ ਮੈਂ ਚੁੰਨੀ ਦੇ ਲੜ ਬਨ ਲੈਂਦੀ ਸੀ ਜਦੋਂ ਮੈਂ ਆਂਦੀ ਹੁੰਦੀ ਸੀ ਘਰ ਤੇ ਕਹਿੰਦੇ ਸੀ ਕਿ ਮੰਮੀ ਤੇਰੇ ਕੋ ਕੀ ਹੈ ਫਿਰ ਮੈਂ ਉਹਨਾਂ ਨੂੰ ਰੋਟੀ ਦਿੰਦੀ ਹੁੰਦੀ ਸੀ ਕੋਈ ਲੋਕੀ ਉਹਨੂੰ ਇੱਦਾਂ ਕਹਿੰਦੇ ਸੀ ਮੈਂ ਬੜੀ ਮੁਸ਼ਕਿਲ ਵਾਲੀ ਬੱਚੀ ਜੇ ਹੋਰ ਕੋਈ ਹੁੰਦਾ ਤਾਂ ਛੱਡ ਕੇ ਚੱਲ ਜਣਾ ਸੀ ਜਾਂ ਤਾਂ ਸੋ ਸੋਸਾਇਟ ਕਰ ਲੈਣਾ ਸੀ ਦੋ ਬਾਰੇ ਮੈਂ ਸੋਚਿਆ ਵੀ ਸੀਗਾ ਉਹਨ ਮੇਰੇ ਤਾਂ ਇਹ ਨਹੀਂ ਪੱਲੇ ਜਾਂਦੇ ਆ ਮੈਂ ਹੀ ਮਰ ਜੰਨੀ ਆ ਫਿਰ ਮੇਰੀ ਜਾਨ ਨੂੰ ਸੁਕਾ ਹੋ ਜਾਣਾ ਜਨੇ ਦੇ ਸਿਰ ਤੇ ਅੱਧ ਵੀ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਜਨਾਨੀ ਕਿੰਦਾ ਬੱਚੇ ਪਾਲਦੀ ਐ ਫਿਰ ਵੀ ਮੈਂ ਆਪਣੀ ਹਿੰਮਤ ਨਹੀਂ ਹਾਰੀ ਮੈਂ ਪਾਲੀ ਮੈਂ ਬਹੁਤ ਦੋਖ ਉਟਾਈਆਂ ਮੈਂ ਸੋਚ ਨਹੀਂ ਸਕਦੀ ਫਿਰ ਮੈਂ ਕਦੀ ਰੋਟੀ ਬਣਾਉਣਾ ਕਦੀ ਨਹੀਂ ਬਣਾਉਣਾ ਕਦੀ ਖਾਣਾ ਨਹੀਂ ਖਾਣਾ ਬੱਚੇ ਕਦੀ ਉਧਰੋਂ ਖਾ ਲੈਣਗੇ ਉਹਦੇ ਘਰ ਖਾ ਲੈਂਦੇ ਸੀ ਉਹਦੇ ਘਰ ਖਾ ਲੈਂਦੇ ਸੀਗੇ ਮੇਰਾ ਤਾਂ ਕੋਈ ਨਹੀਂ ਹੈਗਾ ਤੇ ਫੇਰ ਇਦਾਂ ਜਿੱਦਾ ਮੈਂ ਬਹੁਤ ਪੈਸੇ ਪੂਸੇ ਕੁਝ ਵੀ ਨਹੀਂ ਜਿਵੇਂ ਮੈਂ ਆਪਣਾ ਘਰ ਬਣਾ ਸਕਾ ਮੈਂ ਕਦੀ ਜ਼ਿੰਦਗੀ ਚ ਨਹੀਂ ਸੋਚਿਆ ਸੀ ਜਿਵੇਂ ਮੈਂ ਆਪਣਾ ਘਰ ਵੀ ਬਣਾਉਂਗੀ ਤੇ ਫੇਰ ਪਰਮੇਸ਼ਵਰ ਨੇ ਮੈਨੂੰ ਇੱਡੀ ਵੱਡੀ ਬਲੇਸਿੰਗ ਦਿੱਤੀ ਹੈ ਗਰੀਬੀ ਚ ਕੱਢ ਕੇ ਨਰਕ ਜਿਵੇਂ ਮੈਨੂੰ ਕੱਢ ਕੇ ਪਰਮੇਸ਼ਵਰ ਨੇ ਮੈਨੂੰ ਐਡੇ ਵੱਡੇ ਮਕਾਨ ਨਾਲ ਬਲੇਸ ਕੀਤਾ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਜੇ ਮੈਂ ਵੀ ਕਦੀ ਆਪਣੇ ਮਕਾਨ ਚ ਬੈਠੂਗੀ ਕਿ ਕਿ ਇਦਾਂ ਹੀ ਰਹੂੰਗੀ ਫੇਰ ਮੈਂ ਇੱਕ ਦਿਨ ਆਪਣੀ ਸਕੂਟਰੀ ਚੱਕੀ ਔਰ ਮੈਂ ਚਰਚਾ ਚੱਲ ਗਈ ਚਰਚੇ ਚੱਲ ਗਈ ਉੱਥੇ ਜਾ ਕੇ ਮੈਂ ਬਚਨ ਸਭ ਕੁਝ ਮਤਲਬ ਸੁਣਿਆ ਤੇ ਮੈਨੂੰ ਬਹੁਤ ਸੋਹਣ ਚੰਗਾ ਲੱਗਾ ਸੀਗਾ ਅੱਛਾ ਲੱਗਾ ਸੀਗਾ ਮੈਂ ਕਿਹਾ ਮੇਰੇ ਸਭ ਕੁਝ ਉਹਨ ਲੱਗਦਾ ਇਹਦੇ ਇੱਥੇ ਹੀ ਆ ਚਰਚੇ ਵਿੱਚ ਤੇ ਪਾ ਪੋਸਟਰ ਅੰਕੁਸ਼ ਜੀ ਵੀ ਕਹਿੰਦੇ ਸੀਗੇ ਜੇ ਤੈਨੂੰ ਨੋ ਬਲੀਵਰ ਹੈਲਪ ਕਰੂਗਾ ਤੈਨੂੰ ਰੋਣ ਦੇ ਦਿਨ ਚਲਾ ਗਿਆ ਨੋ ਬਲੀਵਰ ਹੈਲਪ ਕਰੂਗਾ ਜੋ ਬਲੀਵ ਨਹੀਂ ਕਰੂਗਾ ਉਹ ਤਾਂ ਹੈਲਪ ਕਰੂਗਾ ਮੈਂ ਉਹ ਚੀਜ਼ ਨੂੰ ਰਿਸੀਵ ਕੀਤਾ ਸੀ ਇੱਕ ਕੁੜੀ ਮੇਰੀ ਬੰਬੇ ਰਹਿੰਦੀ ਹੈ ਛੋਟੀ ਕੁੜੀ ਜਿਨ੍ਹਾਂ ਦੇ ਹਸਬੰਦ ਨੇ ਮੈਨੂੰ ਜਿੱਦਾਂ ਮਕਾਨ ਲੈ ਕੇ ਦਿੱਤੇ ਫਿਰ ਉਹਦੇ ਬਾਅਦ ਫਿਰ 3 ਸਾਲ ਮੁੰਡਾ ਆਇਆ ਸੀਗਾ ਜਨਵਰੀ ਮਹੀਨੇ 'ਚ ਤੇ ਜਿੱਦਾਂ ਕਿ ਜਨਵਰੀ 'ਚ ਆਇਆ ਸੀਗਾ ਤਾਂ ਉਹ ਮਤਲਬ ਦੇ ਇੱਕ ਕਹਿੰਦਾ ਮੰਮੀ ਆਪੀ 20-25 ਸਾਲ ਤੇ ਇੱਥੇ ਰਹਿੰਦੇ ਹੋ ਮੈਂ ਕਿਹਾ ਹਾਂ ਬੇਟਾ ਇੱਥੇ ਰਹਨੇ ਆ ਤੇ ਉਹ ਕਹਿੰਦੇ ਆ ਹਾਂ ਕਹਿੰਦਾ ਕਹਿੰਦਾ ਜੇ ਮੈਂ ਹੋਤਾ ਤਾਂ ਮਰ ਜਾਤਾ ਫਿਰ ਕਹਿੰਦਾ ਚਲੋ ਖਾਣਾ ਖੂਣਾ ਖਾਓ ਫਿਰ ਹਮ ਮਕਾਨ ਦੇਖਣੇ ਚਲਦੇ ਹਾਂ ਫਿਰ ਇਹ ਦੋਨੋਂ ਨਾਲ ਆਏ ਸੀਗੇ ਦੇਵਨਗਰ ਫਿਰ ਅਸੀਂ ਮਕਾਨ ਪਸੰਦ ਕੀਤਾ ਫਿਰ ਉਹਨੇ ਮੁੰਡੇ ਨੇ ਫਿਰ ਬੰਬੇ ਗਿਆ ਫਿਰ ਉਹ ਤੋਂ ਪੈਸੇ ਪਾਇਆ ਤਾਂ ਫਿਰ ਮੈਂ ਮਕਾਨ ਲੈ ਲਿਆ ਇਹ 15 ਲੱਖ ਰੁਪਏ ਦੇ ਦਿੱਤਾ ਸੀਗਾ ਤੇ ਜਿਹਦਾ ਮਤਲਬ ਚਾਰ ਕੇ ਲੱਖ ਰੁਪਇਆ ਹੋਰ ਦੇਣਾ ਸੀਗਾ ਤੇ ਅਸੀਂ ਬਹੁਤ ਡਿਪਰੈਸ਼ਨ ਤੇ ਫੇਰ ਚਲੇ ਗਏ ਸੀ ਮੇਰਾ ਤਾਂ ਵਿਸ਼ਵਾਸ ਸੀਗਾ ਬੱਚੇ ਨਹੀਂ ਮੰਨਦੇ ਸੀਗੇ ਬੱਚੇ ਕਹਿੰਦੇ ਸੀਗੇ ਮੰਮੀ ਇਹ 15 ਲੱਖ ਰੁਪਏ ਮਿੱਟੀ ਆ ਫਿਰ ਪਾਸਟਰ ਜੀ ਕੋ ਜਾ ਕੇ ਮੰਗਲਵਾਰ ਇਹਨਾਂ ਨੇ ਪ੍ਰੇ ਕਰਾਈ ਸੀਗੀ ਉਹਨਾਂ ਨੇ ਫਾਈਲ ਨੂੰ ਅਟੈਚ ਕੀਤਾ ਤੇ ਮੈਂ ਕਿਹਾ ਹੁਣ ਦਾਨ ਜਦੋਂ ਪਾਪਾ ਜੀ ਨੇ ਪ੍ਰੇ ਕੀਤਾ ਨਾ ਇਹਨਾਂ ਦੇ ਹੱਥੇ ਡਾਕੂਮੈਂਟ ਰੱਖੇ ਉਹ ਤਾਂ ਮੈਨੂੰ ਵਿਸ਼ਵਾਸ ਸੀਗਾ ਮੈਂ ਕਿਹਾ ਹੁਣ ਮੈਂ ਕਿਹਾ ਪਾਪਾ ਜੀ ਨੇ ਹੱਥ ਲਾਇਆ ਸੀ ਤਾਂ ਡਾਕੂਮੈਂਟ ਇਹ ਕਹਿੰਦੇ ਹਾਂ ਕਹਿੰਦੇ ਸਿਰ ਤੇ ਵੀ ਹੱਥ ਰੱਖਿਆ ਤੇ ਡਾਕੂਮੈਂਟ ਤੇ ਵੀ ਟੱਚ ਕੀਤਾ ਮੈਂ ਕਹ ਬਲੀਵ ਕਰੋ ਮੈਂ ਕਹ ਕੰਮ ਹੋ ਗਿਆ ਫਿਰ ਦੂਸਰੇ ਦਿਨ ਫਿਰ ਮੁੰਡੇ ਨੇ ਪੈਸੇ ਭੇਜਤੇ ਸੀਗੇ 24 ਤਰੀਕ ਨੂੰ ਉਹ ਹੀ ਰੇਂਜ ਕਰਕੇ ਪੈਸੇ ਉਹ ਪਾਈ ਨੂੰ ਪ੍ਰੋਪਰਟੀ ਡੀਲਰ ਨੂੰ ਅਸੀਂ ਦੇ ਦਿੱਤੇ ਸੀਗਾ ਫਿਰ ਇਹ ਫਿਰ ਬੱਚੇ ਕਹਿੰਦੇ ਸੀਗੇ ਮੰਮਾ ਮੈਂ ਹੀ ਕਹਿੰਦੀ ਸੀਗੀ ਮੰਮੀ ਕਹਿੰਦੇ ਸੀਗੇ ਰਜਿਸਟਰੀ ਵੀ ਮੈਂ ਕਹ ਰਜਿਸਟਰੀ ਵੀ ਹੋ ਜਣੀ ਇਹਦੇ ਵੀ ਟੈਨਸ਼ਨ ਨਾ ਲਓ ਪਰ ਪਤਾ ਨਾ 70 80000 ਰੁਪਏ ਉਹ ਰਜਿਸਟਰੀ ਵੀ ਅਸੀਂ ਕਰਾ ਲਏ ਉਹਦੇ ਵੀ ਰੇਂਜ ਹੋ ਗਿਆ ਉਸੇ ਦਿਨ ਦੂਸਰੇ ਦਿਨ 24 ਨੂੰ ਪਹੇਂਦੇ ਨੇ ਸੀ ਦੂਸਰੇ ਦਿਨ ਉਹ ਹੋ ਗਏ ਰਜਿਸਟਰੀ ਵੀ ਹੋ ਗਈ ਹੁਣ ਅਸੀਂ ਆਪਣੇ ਮਕਾਨ 'ਚ ਬੈਠੇ ਆਂ ਪਰਮੇਸ਼ਵਰ ਨੇ ਸਾਨੂੰ ਬLES ਕਿਤੇ ਜਦੋਂ ਪਾਪਾ ਜੀ ਜਦੋਂ ਸਪੈਸ਼ਲ ਬੀਜ ਨੂੰ ਕਹਿੰਦੇ ਸੀਗੇ ਜੇ ਸਪੈਸ਼ਲ ਮਤਲਬ ਬੀਜ ਬੀਜਣਾ ਮੈਂ ਕਹਿੰਦੀ ਹੁੰਦੀ ਸੀ ਪਰਮੇਸ਼ਵਰ ਆ ਦੇਖ ਲੈ ਮੇਰੇ ਤੋਂ ਵੇਹੀ ਪੈਸੇ ਆ ਤੇ ਮੈਂ ਇਹ ਤੈਨੂੰ ਦੇ ਦੇਣਾ ਮੈਂ ਖਾਣਾ ਕੀ ਆ ਫਿਰ ਮੇਰੇ ਮਨ 'ਚ ਆਊਗਾ ਤੂੰ ਚੁੱਪ ਕਰਕੇ ਬੀਜੀ-ਬੀਜੀ ਜਾ ਮੈਂ ਦੇ ਦੇਂਦੀ ਹੁੰਦੀ ਸੀ ਘਰ ਆ ਕੇ ਪਾਵੇਂ ਮੈਂ ਭੁੱਖੇ ਰਹਿਣਾ ਪਵੇ ਮੈਂ ਭੁੱਖੇ ਰਹਿ ਜਾਂਦੀ ਸੀਗੀ ਪਰ ਮੈਂ ਬੀਜ ਤੋਂ ਬਿਨਾਂ ਨਹੀਂ ਰਹਿੰਦੀ ਸੀ ਪਰ ਉਹ ਕਿਸੇ ਟਾਈਮ ਸਾਡੇ ਬੱਚੇ ਵੀ ਕਹਿ ਦਿੰਦੇ ਸੀ ਕਿ ਮੰਮੀ ਤੂੰ ਬੀਜ-ਬੀਜਦੀ ਹੈਗੀ ਖਾਣਾ ਕੀ ਹੈ ਕਿ ਬੀਜੀ ਜਾ ਤੂੰ ਮੈਂ ਕਹੇ ਕੋਈ ਗੱਲ ਨਹੀਂ ਮੈਂ ਕਹਾਂ ਪਰਮੇਸ਼ਵਰ ਸਭ ਕੁਝ ਸਹੀ ਕਰਨ ਵਾਲਾ ਹੈਗਾ ਮੇਰਾ ਇਹ ਵਿਸ਼ਵਾਸ ਫੇਰ ਜਿਦਾ ਜਿੱਦਾਂ ਜਿੱਦਾਂ ਮੈਂ 비ਜੀ-ਵਿਜੀ ਗਈ ਉਹਦਾ ਉਹਦਾ ਮੇਰੇ ਬਲੇਸਿੰਗ ਮਤਲਬ ਵੱਧਦਾ ਗਿਆ ਹੁਣ ਅਸੀਂ ਆਪਣੇ ਮਕਾਨ ਚ ਬੈਠੇ ਆਂ ਪਰਮੇਸ਼ਵਰ ਨੇ ਸਾਨੂੰ ਬਲੇਸ ਕੀਤੇ ਸਭ ਕੁਝ ਜੋ ਕੁਝ ਮੇਰੇ ਤੋਂ ਖੋ ਗਿਆ ਸੀਗਾ ਸ਼ੈਤਾਨ ਨੇ ਖੋ ਲਿਆ ਸੀ ਸਭ ਕੁਝ ਮੈਨੂੰ ਪ੍ਰਭੂ ਜੀ ਆ ਕੇ ਇਸੂ ਮਸਿਨ ਸਭ ਕੁਝ ਮੈਨੂੰ ਵਾਪਸ ਕਰ ਦਿੱਤੇ ਉਹ ਚੀਜ਼ ਖੋਇਆ ਚੀਜ਼ ਮੈਨੂੰ ਦੇ ਦਿੱਤੇ ਹੁਣ ਮੈਂ ਪ੍ਰਭੂ ਦੇ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਜਿੰਨਾ ਵੀ ਪ੍ਰਭੂ ਜੈਸੂ ਮਸੀਹ ਦੇ ਧੰਨਵਾਦ ਕਰਾਂ ਉੰਨੀ ਥੋੜੀ ਐ ਲੱਖਾਂ ਕਰੋੜਾਂ ਵੀ ਪ੍ਰਭੂ ਜੈਸੂ ਮਸੀਹ ਦੇ ਧੰਨਵਾਦ ਕਰਾਂ ਉਹ ਵੀ ਥੋੜੀ ਐ ਕਿਉਂਕਿ ਮੇਰੇ ਸੱਚਾ ਜਿੰਦਾ ਜੈਸੂ ਮਸੀਹ ਆ ਉਹ ਤਾਂ ਉਹ ਤਾਂ ਵੀ ਨਾ ਕੋਈ ਨਾ ਹੈ ਨਾ ਕੋਈ ਹੋਗਾ ਮੇਰਾ ਪਰਮੇਸ਼ਵਰ ਦੇ ਨਾਮ ਉੱਚਾ ਧੰਨਵਾਦ ਮੈਂ ਆਪਣੇ ਭੈਣ ਭਾਈ ਨੂੰ ਇਹ ਮੈਸਨੇ ਦੇਣਾ ਚਾਹਨੀ ਆ ਜੇ ਜੋ ਵੀ ਪਹਿਨ ਪਾਈ ਕੇ ਥੋੜਾ ਹੈਗਾ ਪ੍ਰਭੂ ਯੇਸ਼ੂ ਮਸੀਹ ਨੂੰ ਪਾਲਵੇ ਉਹ ਸਾਰੇ ਥੋੜ ਉਹਦਾ ਖਤਮ ਔਰ ਪ੍ਰਭੂ ਯੇਸ਼ੂ ਮਸੀਹ ਇੰਨਾ ਤਾਂ ਚੱਕਣ ਵਾਸਤੇ ਦੀ ਹਿੰਮਤ ਰੱਖਦਾ ਉਹ ਕਦੀ ਜ਼ਿੰਦਗੀ ਚ ਉਹ ਪਹਿਨ ਪਾਈ ਸੋਚ ਵੀ ਨਹੀਂ ਸਕਦਾ ਹੁਣ ਤੁਸੀਂ ਮੇਰੇ ਜ਼ਿੰਦਗੀ ਚ ਦੇਖੋ ਪ੍ਰਭੂ ਯੇਸ਼ੂ ਮਸੀਹ ਨੇ ਕੀ ਕੀਤਾ ਮੈਂ ਇੱਕ ਕੱਖਾ ਦੇ ਵੀ ਨਹੀਂ ਸੀਗੀ ਲੇਕਿਨ ਪਰਮੇਸ਼ਵਰ ਚ ਆ ਕੇ ਮੈਨੂੰ ਪਤਾ ਲੱਗਿਆ ਪਰਮੇਸ਼ਵਰ ਸੱਚਾ ਜਿੰਦਾ ਖੁਦਾ ਬਾਪ ਉਹ ਨਾ ਉਹਦੇ ਜੈਸਤੇ ਕੋਈ ਹੈ ਨਾ ਹੋਗਾ